देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। जे दुनिया ते किसान ना हुंदा जिंदा कोई इंसान ना हुंदा इन्हां जिहड़ियां सियासदान पार्टियां ने इन्हां साडे विच वंडियां पाईआं सीगीआं कदी सानू जातां धर्मां दे नाते लड़ाई जांदे कदी पार्टियां दे नाते लड़ाई जांदे अज सानू कित्तियां दे नाते भी लड़ा रहे आ। हुण टाइम आ गया आ कि इन्हां दे चपेट जिहड़ी आ ना साडे मार दे मूंह ते इन्हां दी चपेट दा जवाब हुण घसुण ना देणा पैणा आ। ਪੰਜਾਬੀ ਜਾਗਰਤੀ ਮਾਰਚ ਵੱਲੋਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ। ਕੈਂਡਲ ਮਾਰਚ ਜਿਹੜਾ ਹੈਗਾ ਪੰਜਾਬ ਪ੍ਰੈਸ ਕਲੱਬ ਤੋਂ ਕੱਢਿਆ ਜਾ ਰਿਹਾ। ਸਾਡੇ ਨਾਲ ਇਸ ਟਾਈਮ ਮੌਜੂਦ ਹੈ ਦੀਪਕ ਬਾਲੀ ਜੀ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਦੀਪਕ ਜੀ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾ ਰਿਹਾ, ਕੀ ਕਹਿਣਾ? ਬਿਲਕੁਲ ਜੀ, ਸਮੁੱਚਾ ਪੰਜਾਬ ਕਿਸਾਨਾਂ ਦੇ ਨਾਲ ਆ। ਪੰਜਾਬ ਦੀ ਜਾਨ ਹੈ ਕਿਸਾਨ ਔਰ ਭਾਰਤ ਦੀ ਸ਼ਾਨ ਹੈ ਕਿਸਾਨ। ਭਾਰਤ 137 ਕਰੋੜ ਲੋਕਾਂ ਨੂੰ 3 ਵਕਤ ਦੀ ਰੋਟੀ ਅਗਰ ਮਿਲ ਰਹੀ ਆ ਤਾਂ ਕਿਸਾਨਾਂ ਦੇ ਕਰਕੇ ਮਿਲ ਰਹੀ ਆ। ਕਿਸਾਨਾਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਕੜਕਦੀ ਠੰਡ, ਅੱਤ ਦੀ ਗਰਮੀ ਔਰ ਤਲ ਤਲ ਵਗਦੀਆਂ ਬਰਸਾਤਾਂ ਦੇ ਵਿੱਚ ਕਿਸਾਨ ਅੰਨ ਪੈਦਾ ਕਰਕੇ ਭਾਰਤ ਦੇ 137 ਕਰੋੜ ਲੋਕਾਂ ਨੂੰ ਦਿੰਦੇ ਆ। ਸੋ ਸਮੁੱਚਾ ਪੰਜਾਬ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਕੰਮ ਕਾਰ ਦਾ ਹੋਵੇ, ਉਹਨੂੰ ਕਿਸਾਨਾਂ ਦੇ ਹੱਕ 'ਚ ਖੜਨਾ ਚਾਹੀਦਾ। ਕਿਉਂਕਿ ਇਹ ਕਿਸਾਨ ਹਿੰਦੂ ਵੀ ਆ, ਕਿਸਾਨ ਸਿੱਖ ਵੀ ਆ, ਕਿਸਾਨ ਮੁਸਲਿਮ ਵੀ ਆ, ਕਿਸਾਨ ਈਸਾਈ ਵੀ ਆ। ਜਿਹੜਾ ਵਿਅਕਤੀ ਖੇਤੀ ਕਰਦਾ ਉਹ ਕਿਸਾਨ ਆ। ਇਹ ਕੋਈ ਮਸਲਾ ਨਹੀਂ ਹੈ ਵੀ ਇਹ ਸਿੱਖ ਆ, ਇਹ ਸਿੱਖਾਂ ਦੀ ਮੂਵਮੈਂਟ ਆ, ਇਹ ਸਿੱਖਇਜ਼ਮ ਦੀ ਪ੍ਰਚਾਰ ਦਾ ਤਰੀਕਾ ਆ, ਗਲਤ ਗੱਲ ਆ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਆ। ਪੰਜਾਬ ਦਾ ਦੀ ਪੰਜਾਬ ਜਿਹੜੀ ਏਕਤਾ ਆ ਉਹਦੇ ਲਈ ਉਹ ਬਹੁਤ ਵੱਡਾ ਖਤਰਾ ਨੇ। ਉਹ ਲੋਕ ਖਤਰਾ ਉਹ ਨਹੀਂ ਹੈ ਕਿ ਜਿਹੜੇ ਬੋਲੇ ਸੋ ਨਿਹਾਲ ਕਹਿੰਦੇ ਆ, ਖਤਰਾ ਉਹ ਲੋਕ ਆ ਜਿਹੜੇ ਇਹ ਕਹਿੰਦੇ ਆ ਕਿ ਇਹ ਮੂਵਮੈਂਟ ਜਿਹੜੀ ਆ ਇਹ ਸਿੱਖਾਂ ਦੇ ਨਾਲ ਜੁੜੀ ਹੋਈ ਆ। ਇਹ ਪੰਜਾਬੀਆਂ ਦੀ ਮੂਵਮੈਂਟ ਆ, ਪੰਜਾਬ ਦੇ ਕਿਸਾਨਾਂ ਦੀ ਮੂਵਮੈਂਟ ਆ। ਸੋ ਮੇਰਾ ਕੋਈ ਵੀ ਧਰਮ ਹੋਵੇ, ਕੋਈ ਵੀ ਜਾਤ ਹੋਵੇ, ਲੇਕਿਨ ਮੈਂ ਪੰਜਾਬੀ ਹੋਣ ਦੇ ਨਾਤੇ ਆਪਣੀ ਇਸ ਮੂਵਮੈਂਟ ਨਾਲ, ਇਸ ਅੰਦੋਲਨ ਦੇ ਨਾਲ ਡਟ ਕੇ ਖੜਾ ਹਾਂ। ਗੱਲ ਕਰੀਏ ਮੂਵਮੈਂਟ ਦੀ, ਕਿਹੜੇ ਕਿਹੜੀ ਸੰਸਥਾ ਤੁਹਾਡੇ ਨਾਲ ਸਮਰਥਨ ਕਰਨ ਲਈ ਅੱਗੇ ਆਈ ਹੈ? ਭਾਅ ਜੀ, ਸੰਸਥਾਵਾਂ ਮੈਂ ਸੋਚਦਾ ਨਹੀਂ, ਇਹ ਇੱਕ ਸਮੁੱਚੀ ਪੰਜਾਬੀ ਕੌਮ ਸਿਰਜੀ ਗਈ ਆ। ਜਦੋਂ ਮੈਂ ਪੰਜਾਬੀ ਕੌਮ ਕਹਿੰਦਾ, ਮੇਰਾ ਧਰਮ, ਮੇਰੀ ਜਾਤ ਉਹਦੇ ਵਿੱਚ ਲੁਕ ਜਾਂਦੀ ਆ। ਇਸ ਤੋਂ ਵੱਡੀ ਏਕਤਾ ਕੀ ਹੋ ਸਕਦੀ ਆ ਕਿ ਇੱਕ ਸਿੱਖ ਅਤੇ ਇੱਕ ਹਿੰਦੂ ਇਕੱਠੇ ਹੋ ਕੇ ਪੰਜਾਬੀ ਬਣ ਕੇ ਇਸ ਮਾਰਚ ਵਿੱਚ ਤੁਰੇ ਹੋਏ ਆ। ਇਹ ਦੇਖੋ ਤੁਸੀਂ, ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਆਏ ਆ, ਇਹ ਟੁਗੈਦਰਨੈਸ ਆ, ਇਹ ਸਾਂਝੀਵਾਲਤਾ ਦਾ ਸੁਨੇਹਾ ਆ, ਇਹ ਕੇਂਦਰ ਸਰਕਾਰ ਲਈ ਚੈਲੰਜ ਆ ਕਿ ਪੰਜਾਬੀ ਇਕੱਠੇ ਨੇ। ਸੋ ਇਹ ਇੱਕ ਚੈਲੰਜ ਆ, ਉਹਨਾਂ ਨੂੰ ਅਕਸੈਪਟ ਕਰਨਾ ਪੈਣਾ ਔਰ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਨਾ ਪੈਣਾ। ਗੱਲ ਕਰੀਏ ਪੰਜਾਬੀ ਸਿੰਗਰ ਵੀ ਇਸ ਕੈਂਡਲ ਮਾਰਚ ਦੇ ਵਿੱਚ ਪਹੁੰਚੇ ਆ। ਭਾਅ ਜੀ, ਪੰਜਾਬੀ ਗਾਇਕ, ਗੀਤਕਾਰ, ਸੰਗੀਤਕਾਰ, ਉਦਯੋਗਕਾਰ, ਚਾਹੇ ਕੋਈ ਸਨਅਤਕਾਰ ਆ, ਉਹ ਸਾਰੇ ਪੰਜਾਬੀ ਨੇ। ਉਹਨਾਂ ਗਾਇਕਾਂ ਦਾ ਫਰਜ਼ ਬਣਦਾ ਕਿਉਂਕਿ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹੋਏ ਆ। ਜਿਹੜੀ ਗਾਇਕੀ ਆ ਇਹ ਸਾਡੀ ਜੀਵਨ ਜਾਗ ਦਾ ਹਿੱਸਾ ਆ। ਅਸੀਂ ਜਿਹੜੀ ਜ਼ਿੰਦਗੀ ਜਿਉਂਦੇ ਆ ਉਹਦੇ ਸਾਡੇ ਧਰਮ, ਸਾਡਾ ਸੱਭਿਆਚਾਰ, ਸਾਡੀ ਗਾਇਕੀ, ਸਾਡਾ ਖਾਣਾ ਪੀਣਾ, ਸਾਡਾ ਰਹਿਣਾ ਸਹਿਣਾ, ਉਹ ਸਾਡੇ ਸੱਭਿਆਚਾਰ ਦਾ ਹਿੱਸਾ ਆ। ਸੋ ਇਸ ਕਰਕੇ ਇਹ ਗਾਇਕ ਸਾਡੇ ਭਰਾ ਨੇ, ਸਾਡੇ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਔਰ ਸਾਨੂੰ ਮਾਣ ਆ ਕਿ ਇਹ ਆਪਣੇ ਆਪ ਅੱਜ ਦੇ ਇਸ ਮਾਰਚ ਸ਼ਾਮਿਲ ਹੋਇਆ ਔਰ ਇਹਨਾਂ ਦੀ ਜਿਹੜੀ ਸਪੋਰਟ ਆ ਉਹ ਸਾਡੇ ਲਈ ਬੇਮਿਸਾਲ ਆ। ਅੱਜ ਤੱਕ ਮੇਰਾ ਨਹੀਂ ਖਿਆਲ ਕਿਸੇ ਅੰਦੋਲਨ 'ਚ ਇਸ ਤਰ੍ਹਾਂ ਗਾਇਕਾਂ ਨੇ ਹਿੱਸਾ ਲਿਆ ਹੋਵੇ। ਸੋ ਇਹ ਜਿਹੜੀ ਮੂਵਮੈਂਟ ਆ ਇਹ ਤੋਂ ਸਿੱਖਣਾ ਚਾਹੀਦਾ ਉਹਨਾਂ ਨੂੰ ਕਿ ਇਹ ਮੂਵਮੈਂਟ ਜਿਹੜੀ ਆ ਪੰਜਾਬੀਆਂ ਦੀ ਸਾਂਝੀ ਮੂਵਮੈਂਟ ਆ। ਗੱਲ ਕਰੀਏ ਕੈਂਡਲ ਮਾਰਚ ਕਿਹੜੀ ਕਿਹੜੀ ਜਗ੍ਹਾ ਤੋਂ ਹੁੰਦਾ ਹੋਇਆ, ਕਿੱਥੇ ਜਾ ਕੇ ਸਮਾਪਤ? ਇਹ ਭਗਵਾਨ ਵਾਲਮੀਕਿ ਚੌਂਕ ਦੇ ਵਿੱਚ ਆਪਾਂ ਇਹ ਸਮਾਪਤ ਕਰਾਂਗੇ। ਹੋਰ ਵੀ ਜਿਹੜੇ ਪੰਜਾਬੀ ਕਲਾਕਾਰ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜਿਹੜੇ ਇੱਥੇ ਕੈਂਡਲ ਮਾਰਚ ਦੇ ਵਿੱਚ ਪਹੁੰਚੇ ਹੋ। ਤੁਸੀਂ ਦੇਖ ਸਕਦੇ ਹੋ ਜਿਹੜਾ ਕੈਂਡਲ ਮਾਰਚ ਹੈ ਪੰਜਾਬੀ ਜਾਗਰਤੀ ਮਾਰਚ ਵੱਲੋਂ ਕੱਢਿਆ ਜਾ ਰਿਹਾ ਹੈਗਾ, ਜਿਹਦੇ ਵਿੱਚ ਅਲੱਗ ਅਲੱਗ ਲੋਕ ਜਿਹੜੇ ਆ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਧਰਮਾਂ ਦੇ ਲੋਕ ਜਿਹੜੇ ਆ ਕੈਂਡਲ ਮਾਰਚ ਦੇ ਵਿੱਚ ਪਹੁੰਚੇ ਆ। ਇਹਨਾਂ ਦੇ ਵਿੱਚ ਜਿਹੜੇ ਹੈਗੇ ਪੰਜਾਬੀ ਜਿਹੜੇ ਕਲਾਕਾਰ ਹੈ ਉਹ ਵੀ ਇੱਥੇ ਕੈਂਡਲ ਮਾਰਚ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ। ਹੋਰ ਵੀ ਜਿਹੜੇ ਪੰਜਾਬੀ ਕਲਾਕਾਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰ ਲਈ, ਉਹਨਾਂ ਦਾ ਕੀ ਕਹਿਣਾ? ਜਿਹੜੇ ਇੱਥੇ ਦੇ ਜਿਹੜੇ
लोग है उन्होंने यही कहना है कि जो कैंडल मार्च है किसानों के हक के कढ़िया जा रहा है और एक किसान के हक के कढ़िया जा रहा है। होर पंजाबी कलाकार भी गलबात कर लें, उन्हों का की कहना है। एक्चुअली जिहड़ा साडा पंजाब है, पंजाब दे नाल अन्न दा बड़ा रिलेशन है। अन्न इत्थों ही पैदा हुंदा है ते उह पैदा करदे ने किसान, उह साडा अन्न दाता है। ते जदों साडे अन्न दाते नाल कोई बुरी चीज़ हो रही होवे जां उहदे खिलाफ जां उहदे हक च ना कुछ हो रहा होवे ते उदों साडा सारयां दा इखलाकी फर्ज़ बनता है कि असी सारे उन्होंने नाल खड़े होइए। असी सारे खड़े भी हाँ। जिदने अंदोलन शुरू होया सी मैं तो उदन तो ही नाल हाँ। और मंगी माल भाजी उन्होंने इत्थे एक अंदोलन का शुरुआत किया, मैं सीगा, गुरलेज अख्तर कैली भाजी, कुलविंदर कैली साहब, होर बहुत सारे कलाकार उत्थे असी आए सी। उस दिन तो ला के हुण तक असी सारे किसानां दे नाल ही हाँ, किसान भाईचारे दे नाल ही हाँ और हमेशा जुड़े रहांगे। साडे लई किसान पहलों है, बाकी काम सारे बाद दी गल है। तो मैं दीपक भाजी का बड़ा शुक्रगुजार हाँ, दीपक बाली साहब का और होर सारी प्रेस का, प्रिंट मीडिया, इलैक्ट्रॉनिक मीडिया, उन्हां सारयां दा और तुहाडा सारयां दा कि तुसी इस नेक काम च साडा साथ दे रहे हो और तुहानूं साथ देना भी चाहिए क्योंकि तुसी भी एक पंजाबी हो ते पंजाबी जदों पंजाबियों के नाल हुंदे आ ते गल बन ही जाती है, चाहे देर ना बने पर बन जानी है। मैनू जिहड़े मेरे भरा किसान भैण भरा जिहड़े उत्थे दिल्ली पहुँच गए ने, मैनू पूरी उम्मीद है कुछ ना कुछ वधिया हल जरूर निकलेगा और मैं उन्हां दे इस जिहड़ा जिहड़ा ये अंदोलन है बिल्कुल उहदे नाल हाँ। और अज जिहड़ी असी कैंडल मार्च कढ रहे हैं सारे जणे रल मिल के पंजाबी जागृति मंच वल्लों, उहदे विच असी सारे शामिल हाँ और परमात्मा करे कि जल्दी तो जल्दी जिहड़े बिल पास होए ने वो कैंसल होण और किसानां नूं उहनां दा जो बनदा वाजब वधिया तरीके नाल मोदी सरकार जिहड़ी उहनां नूं उहनां दा हक दवे। जिद्दां आपां सारे जाणदे हां कि पूरा पंजाब, हर एक पंजाबी इस अंदोलन दे विच मोढ़े नाल मोढ़ा ला के खड़ा, साडे आर्टिस्ट भाईचारा भी, और सारयां दा यही है कि जिहड़ा वाजब हक है क्योंकि किसान दा यह कल्ले एक किसान दा मुद्दा नहीं, किसानां ने हर एक अपने भारती नूं हक दवाउण दी पूरी ये जंग जिहड़ी शुरू कीती है। मैं ये सोचदी हाँ कि ये जंग आपां बहुत जल्दी जित्तांगे क्योंकि जिहड़े आपां सारे जाणे एकजुट हो के इस काम दे विच अगे वधे हाँ। सो वाहिगुरु, ये जित जरूर हासिल होएगी उन्हां दे आशीर्वाद दे नाल। उन्हां दी अपनी सोच है, मैं कहूँगी बहुत नीच सोच, घटिया सोच है क्योंकि एक औरत होने के नाते मैं ये सोचती हाँ कि साड़ी मावां ने सानू ये संस्कार नहीं दिते। घर चों ये तुसीं अपने आप नूं दिखा रहे हो, तुहाडी फैमिली बैकग्राउंड पता लगती है इत्थों कि तुसीं अपने बजुर्गों की किन्नी कि रिस्पैक्ट करते हो, है ना। उस माँ लई इह गल कीती गई है जिहड़ी माँ मतलब सारा कुछ छड्ड के इस अंदोलन दे विच खड़ी हुई है, वो साड़ी माँ, हर घर दे विच इक माँ, माँ दे नाल दुनिया चलती है। उस माँ लई इह घटिया सवाल किया और बहुत शर्मनाक गल है, लाणत है कंगणा नूं। सारे पहला उहदे नाल सीगे पर सब तो लाणत लै रही इस गल लई, ये बहुत बहुत माड़ी घटिया गल है मेरे हिसाब नाल, सारी दुनिया निखेधी कर रही है इस गल लई। चाहे हर बंदा जिहड़ा है वह किसान दे नाल सब तो पहला अपना ढिड भरना हुंदा, ढिड आपां कित्थों भरदे आ, जे किसान जिहड़ा साडे वह परिवार आ साडे, वह बीजदे आ असीं उहनूं खाने आ, पूरी दुनिया इहदे बिना, इहदे बिना अनाज दे बिना जो पंजाब दे विच उगदा किते वी नहीं होगदा। जो जो असी कीता पंजाबियां ने, जो कुरबानियां कीतियां इस कंट्री वास्ते, तुसी मैनू दसो भी किने कीतियां। इस करके मैनू बड़ी खुशी है कि अज पहला पंजाब दे किसान तुरे सी, अज पूरे हिंदुस्तान दे किसान साडे नाल है, हर जथेबंदी साडे नाल है और ये साडी बहुत वड्डी जित है। असी अज इत्थे जलंधर कैंडल मार्च कर रहे हैं, ये भी उहदा ही एक हिस्सा है, ठीक है जी। मैं सारे नूं यही बेनती करूँगा कि सारे हुम हमा के दिल्ली पहुँचो और जिन्ना असी सहयोग दे सकते हैं
उन्ना दो क्योंकि कहते होंगे ना बूंद बूंद ना सागर भरता है। असी ऑलमोस्ट अपनी जी जित दर्ज कर दिती है, बस होर चंद क दिन की गल है तो आप जित चुके हैं। मेरे वालों बस यही सारे बेनती है, चाहे कोई कलाकार आ, चाहे प्लेयर आ, चाहे कोई आम इंसान आ, साडा सब का फर्ज बनता कि अज असी इंसानी लिए खड़िए, किसानी लिए खड़िए कि जे दुनिया से किसान ना हुंदा जिंदा कोई इंसान ना हुंदा, किसाना करके जिहड़ा असी सारे असी धर्मां मज़हबां तो उत्ते उठ के जिहड़ी गल करांगे अज सानू जुड़न की लोड़ है। इन्हां जिहड़ियां सियासदान पार्टियां ने इन्हां साडे विच वंडियां पाईआं सीगियां, कभी सानू जातां धर्मां दे नाते लड़ाई जांदे, कभी पार्टियां दे नाते लड़ाई जांदे, अज सानू कित्तियां दे नाते भी लड़ा रहे आ। बॉलीवुड दे विच भी वंडी पा दित्ती आ, तुहाडे पत्रकार मीडिया 'च भी वंडी पै चुकी आ। इन्हां ने अंग्रेज़ां वाला जिहड़ा आ उह सारा जिहड़ा अडोप्ट कीता आ वी फुट पाओ ते राज करो। हुण टाइम आ गया आ, सिर तों पाणी निकल चुक्या, हुण टाइम आ गया आ कि इन्हां दे चपेट जिहड़ी आ ना साडे मार दे मूँह ते इन्हां दी चपेट दा जवाब हुण घसौणना देना पैणा आ। हुण घसौणना इन्हां दीआं नासां ते वजणे आ और वजणे लाजमी आ। इहदा आगाज़ पंजाब दे विचों शुरू होना सी, ओह हो चुका। ਇਹ ਸੀ ਪੰਜਾਬੀ ਕਲਾਕਾਰ ਜਿਨ੍ਹਾਂ ਨੇ ਕਿਹਾ ਇਹ ਜਦ ਤੱਕ ਹੈਗੇ ਹੋਰ ਵੀ ਜਿੰਨੇ ਵੀ ਕਲਾਕਾਰ ਹੈਗੇ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਜਦ ਤੱਕ ਕਿਸਾਨਾਂ ਦਾ ਵਿਰੋਧ ਬਿੱਲ ਜਿਹੜਾ ਹੈਗਾ ਵਾਪਸ ਨਹੀਂ ਹੁੰਦਾ, ਇਹ ਜਿਹੜਾ ਸੰਘਰਸ਼ ਹੈ ਲਗਾਤਾਰ ਜਾਰੀ ਰਹੇਗਾ। ਕੈਮਰਾਮੈਨ ਸੁਖਵਿੰਦਰ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟੀਵੀ ਜਲੰਧਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।